ਜੋ ਕੁਝ ਹੋਇਆ ਅਸੀਂ ਉਸ ਤੋਂ ਨਿਰਾਸ਼ ਹਾਂ। ਕਿ ਰਿਟਰਨਿੰਗ ਅਧਿਕਾਰੀ ਦਾ ਰਵੱਈਆ ਇਹੋ ਜਿਹਾ ਹੁੰਦਾ ਏ, ਇਸ ਵਿਅਕਤੀ ਖਿਲਾਫ ਮੁਕਦਮਾ ਚੱਲਣਾ ਚਾਹੀਦਾ ਏ। ਉਹ ਕੈਮਰੇ ਵੱਲ ਵੇਖਦਾ ਏ ਤੇ ਮਤ ਪੱਤਰ ਨਾਲ ਛੇੜਛਾੜ ਕਰਦਾ ਏ। ਮਤ ਪੱਤਰ ਵਿੱਚ ਹੇਠਲੇ ਪਾਸੇ ਜਿੱਥੇ ਕ੍ਰੋਸ ਹੈ ਉਸ ਨੂੰ ਉਹ ਟਰੇ ਚ ਰੱਖ ਲੈਂਦਾ ਏ। ਜਿਸ ਮਤ ਪੱਤਰ ਚ ਉਪਰਲੇ ਪਾਸੇ ਕ੍ਰੋਸ ਹੈ ਇਹ ਵਿਅਕਤੀ ਉਸ ਨਾਲ ਛੇੜਛਾੜ ਕਰਦਾ ਏ ਅਤੇ ਫਿਰ ਕੈਮਰੇ ਵੱਲ ਵੇਖਦਾ ਏ ਕਿ ਉਸ ਨੂੰ ਕੌਣ ਵੇਖ ਰਿਹਾ। ਰਿਟਰਨਿੰਗ ਅਧਿਕਾਰੀ ਕੇਸ ਦੀ ਅਗਲੀ ਸੁਣਵਾਈ ਮੌਕੇ ਇਸ ਕੋਰਟ ਅੱਗੇ ਪੇਸ਼ ਹੋ ਕੇ ਵੀਡੀਓ 'ਚ ਨਜ਼ਰ ਆਉਂਦੇ ਆਪਣੇ ਵਤੀਰੇ ਬਾਰੇ ਸਪਸ਼ਟ ਕਰੇ। ਇਹ ਟਿੱਪਣੀ ਸੁਪਰੀਮ ਕੋਰਟ ਨੇ ਕੀਤੀ ਹੈ। ਚੰਡੀਗੜ੍ਹ ਮੇਅਰ ਦੀ ਚੋਣ 'ਚ ਗੜਬੜ ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਮਤ ਪੱਤਰ ਨਾਲ ਛੇੜਛਾੜ ਲੋਕਤੰਤਰ ਦਾ ਕਤਲ ਹੈ। ਰਿਟਰਨਿੰਗ ਅਧਿਕਾਰੀ ਨੂੰ 19 ਤਾਰੀਖ ਨੂੰ ਤਲਬ ਕੀਤਾ ਗਿਆ ਚੋਣ ਅਮਲ ਦੀ ਵੀਡੀਓ ਸੰਭਾਲ ਕੇ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਰਿਟਰਨਿੰਗ ਅਧਿਕਾਰੀ ਵੱਲੋਂ ਕਥਿਤ ਮਤ ਪੱਤਰਾਂ ਨਾਲ ਛੇੜਛਾੜ ਨੂੰ ਲੋਕਤੰਤਰ ਦਾ ਕਤਲ ਤੇ ਲੋਕਤੰਤਰ ਦਾ ਮਜ਼ਾਕ ਬਣਾਉਣਾ ਕਰਾਰ ਦਿੱਤਾ ਏ। ਸਰਵਉੱਚ ਅਦਾਲਤ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋ ਕੇ ਆਪਣੇ ਵਿਹਾਰ ਬਾਰੇ ਸਪਸ਼ਟ ਕਰੇ। ਅਦਾਲਤ ਨੇ ਮਤ ਪੱਤਰਾਂ ਤੇ ਚੋਣ ਅਮਲ ਦੀ ਪੂਰੀ ਵੀਡੀਓ ਸੰਭਾਲ ਕੇ ਰੱਖਣ ਦੇ ਆਦੇਸ਼ ਵੀ ਦਿੱਤੇ ਨੇ। ਕੋਰਟ ਨੇ ਕਿਹਾ, ਪਹਿਲੀ ਨਜ਼ਰੇ ਇਸ ਪੜਾਅ ਤੇ ਸਾਡਾ ਮੰਨਣਾ ਹੈ ਕਿ ਚੋਣ ਅਮਲ ਦੀ ਸੁਚਮਤਾ ਕਾਇਮ ਰੱਖਣ ਕੋਈ ਢੁਕਵਾਂ ਅੰਤਰਿਮ ਨਿਰਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਸੀ, ਜਿਸ 'ਚ ਹਾਈ ਕੋਰਟ ਨਾਕਾਮ ਰਹੀ ਹੈ। ਮੇਅਰ ਦੀ ਚੋਣ 'ਚ ਕਥਿਤ ਗੜਬੜੀ ਖਿਲਾਫ਼ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਵੱਲੋਂ ਦਾਇਰ ਪਟੀਸ਼ਨ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਨਗਰ ਨਿਗਮ ਸਣੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਨੋਟਿਸ ਜਾਰੀ ਕੀਤੇ ਨੇ। ਨਾਰਾਜ਼ ਦਿਖਾਈ ਦੇ ਰਹੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਤ ਪੱਤਰਾਂ ਨਾਲ ਕਥਿਤ ਛੇੜਛਾੜ ਵਾਲੀ ਵੀਡੀਓ ਵੇਖਣ ਮਗਰੋਂ ਰਿਟਰਨਿੰਗ ਅਧਿਕਾਰੀ ਅਨਿਲ ਮਸਤੀ ਵੱਲੋਂ ਪੇਸ਼ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਕਿਰਪਾ ਕਰਕੇ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਦੱਸ ਦਿਓ ਕਿ ਸੁਪਰੀਮ ਕੋਰਟ ਉਸ ਨੂੰ ਵੇਖ ਰਹੀ ਹੈ। ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਦੇਸ਼ ਨੂੰ ਸਥਿਰ ਰੱਖਣ ਵਾਲੀ ਇੱਕੋ ਇੱਕ ਤਾਕਤ ਚੋਣ ਅਮਲ ਦੀ ਸੁਚਮਤਾ ਏ। ਇਹ ਲੋਕਤੰਤਰ ਦਾ ਕਤਲ ਤੇ ਮਖੌਲ ਹੈ। ਜੋ ਕੁਝ ਹੋਇਆ ਅਸੀਂ ਉਸ ਤੋਂ ਪਰੇਸ਼ਾਨ ਹਾਂ। ਅਸੀਂ ਇੰਜ ਜਮਹੂਰੀਅਤ ਦਾ ਕਤਲ ਕੀਤੇ ਜਾਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਹ ਟਿੱਪਣੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਕੀਤੀ ਹੈ ਤੇ ਹੁਣ 19 ਤਾਰੀਖ ਨੂੰ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਵੇਖਣਾ ਹੋਵੇਗਾ ਕਿ ਜਿਹੜੇ ਅਫਸਰ ਹੈ, ਰਿਟਰਨਿੰਗ ਅਫਸਰ, ਰਿਟਰਨਿੰਗ ਅਧਿਕਾਰੀ, ਉਹ ਆਪਣਾ ਪੱਖ ਸੁਪਰੀਮ ਕੋਰਟ 'ਚ ਕਿਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ।